ਪ੍ਰਧਾਨ ਮੰਤਰੀ ਨરેન્દ્ર મોદી ਨੇ ਮੈਸੂਰੂ ਵਿੱਚ ਅੰਤਰਰਾਸ਼ਟਰੀ ਬਿਗ ਕੈਟਸ ਐਲਾਈንስ ਦੀ ਸ਼ੁਰੂਆਤ ਕੀਤੀ ਇੰਟਰਨੈਸ਼ਨਲ ਬਿਗ ਕੈਟਸ ਐਲਾਈንስ ਇਹਨਾਂ ਪ੍ਰਜਾਤੀਆਂ ਨੂੰ ਸ਼ਰਨ ਦੇਣ ਵਾਲੇ ਆਸ-ਪਾਸ ਦੇ ਦੇਸ਼ਾਂ ਦੀ ਮੈਂਬਰੀ ਨਾਲ ਦੁਨੀਆ ਦੀਆਂ ਸੱਤ ਪ੍ਰਮੁੱਖ ਵੱਡੀਆਂ ਬਿੱਲੀਆਂ ਅਰਥਾਤ ਬਾਗ, ਸ਼ੇਰ, ਤਿੰਦੂਆ, ਹਿਮਤਿੰਦੂਆ, ਪਿਉਮਾ, ਜੈਗਵਾਰ ਅਤੇ ਚਿਤੇ ਦੀ ਸੰਭਾਲ ਅਤੇ ਰੱਖੀ ਤੇ ਧਿਆਨ ਕੇਂਦਰਿਤ ਕਰੇਗਾ ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੁਲਾਈ 2019 ਵਿੱਚ ਆਲਮੀ ਨੇਤਾਵਾਂ ਦੇ ਗੱਠਜੋੜ ਦਾ ਸੱਦਾ ਦਿੱਤਾ ਸੀ ਤਾਂ ਕਿ ਏਸ਼ੀਆ ਵਿੱਚ ਗੈਰ ਕਾਨੂੰਨੀ ਸ਼ਿਕਾਰ ਅਤੇ ਗੈਰ ਕਾਨੂੰਨੀ ਜੰਗਲੀ ਜੀਵ ਵਪਾਰ ਤੇ ਸਖਤੀ ਨਾਲ ਪਾਬੰਦੀ ਲਗਾਈ ਜਾ ਸਕੇ ਪ੍ਰਧਾਨ ਮੰਤਰੀ ਦੇ ਸੰਦੇਸ਼ ਨੂੰ ਅੱਗੇ ਵਧਾਉਂਦਿਆਂ ਇਸ ਗੱਠਜੋੜ ਦੀ ਸ਼ੁਰੂਆਤ ਕੀਤੀ ਗਈ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪਹਿਲ ਬੜੀ ਲਾਭਕਾਰੀ ਹੋਵੇਗੀ ਪ੍ਰੋਜੈਕਟ ਟਾਈਗਰ ਕੀ ਸਫਲਤਾ ਭਾਰਤ ਕੇ ਲਈ ਹੀ ਨਹੀਂ बल्कि पूरे विश्व के लिए गौरव का विषय है भारत ने टाइगर को न सिर्फ बचाया है बल्कि उसको फलने फूलने का एक बेहतरीन इकोसिस्टम दिया है ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੈਸੂਰੂ ਵਿੱਚ ਪ੍ਰੋਜੈਕਟ ਟਾਈਗਰ ਤੇ 50ਵਰੇ ਪੂਰੇ ਹੋਣ ਦੇ ਯਾਦਗਾਰੀ ਸਮਾਗਮ ਦੀ ਸ਼ੁਰੂਆਤ ਕੀਤੀ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਬਾਗ ਦੀ ਸੰਭਾਲ ਤੇ ਰਾਖੀ ਲਈ ਅਮ੍ਰਿਤ ਕਾਲ ਦਾ ਵਿਜ਼ਨ ਟਾਈਗਰ ਰਿਜ਼ਰਵ ਦੇ ਪ੍ਰਬੰਧਨ ਪ੍ਰਭਾਵੀ ਮੁਲਾਂਕਣ ਦੇ 5ਵੇਂ ਚੱਕਰ ਦੀ ਵਿਸਤ੍ਰਿਤ ਰਿਪੋਰਟ ਨੂੰ ਵੀ ਜਾਰੀ ਕੀਤਾ। ਪ੍ਰਧਾਨ ਮੰਤਰੀ ਨੇ ਪ੍ਰੋਜੈਕਟ ਟਾਈਗਰ ਦੇ ਪੰਜਾਬਰੇ ਪੂਰੇ ਹੋਣ ਤੇ ਇੱਕ ਯਾਦਗਾਰੀ ਸਿੱਕਾ ਵੀ ਜਾਰੀ ਕੀਤਾ। ਉਹਨਾਂ ਨੇ ਦੇਸ਼ ਵਿੱਚ ਬਾਗਾਂ ਦੀ ਗਿਣਤੀ ਦਾ ਵੀ ਐਲਾਨ ਕੀਤਾ। ਪ੍ਰਧਾਨ ਮੰਤਰੀ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿੱਚ ਬਾਗਾਂ ਦੀ ਗਿਣਤੀ 3167 ਹੋ ਗਈ ਹੈ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰੋਜੈਕਟ ਟਾਈਗਰ ਦੀ ਸਫਲਤਾ ਭਾਰਤ ਦੀ ਨਹੀਂ ਬਲਕਿ ਪੂਰੀ ਦੁਨੀਆ ਲਈ ਮਾਣ ਦੀ ਗੱਲ ਹੈ। ਉਹਨਾਂ ਕਿਹਾ ਕਿ ਭਾਰਤ ਦੇ ਨਾ ਸਿਰਫ ਬਾਗਾਂ ਦੀ ਰਾਖੀ ਕੀਤੀ ਗਈ ਹੈ ਬਲਕਿ ਉਹਨਾਂ ਨੂੰ ਵਦਨ ਫੁੱਲਣ ਲਈ एक वधिया माहौल भी देता है हम लोगों के लिए और भी सुखद है कि जिस समय हमने अपनी आजादी के पचहत्तर वर्ष पूरे किए हैं उसी समय 75 परसेंट टाइगर गेयर पॉपुलेशन भारत में ही है ਉਹਨਾਂ ਨੇ ਕਿਹਾ ਕਿ ਅਜਿਹੇ ਵੇ ਤੇ ਜਦੋਂ ਕਿ ਟਾਈਗਰ ਰਿజర్ਵ ਦੇਸ਼ਾਂ ਵਿੱਚ ਆਬਾਦੀ ਸਥਿਰ ਜਾਂ ਘਟ ਰਹੀ ਹੈ ਤਾਂ ਭਾਰਤ ਵਿੱਚ ਉਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸ ਦਾ ਕਾਰਨ ਭਾਰਤੀ ਸੰਸਕ੍ਰਿਤੀ ਅਤੇ ਪਰੰਪਰਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਂਦੀਪੂਰਾ ਟਾਈਗਰ ਰਿజర్ਵ ਦਾ ਦੌਰਾ ਕੀਤਾ। ਉਹਨਾਂ ਨੇ ਬਾਗਾਂ ਦੀ ਰਾਖੀ ਵਿੱਚ ਲੱਗੇ ਫਰੰਟ ਲਾਈਨ ਫੀਲਡ ਸਟਾਫ ਅਤੇ ਸਵੈ ਸਹਾਇਤਾ ਸਮੂਹਾਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਗੈਰ ਕਾਨੂੰਨੀ ਸ਼ਿਕਾਰ ਦੀ ਰੋਕਥਾਮ ਬਾਰੇ ਕੇਂਦਰ ਦਾ ਵੀ ਨਿਰੇਖਣ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ मुदराई टाइगर रिजर्व वेट थेपा कडू एलिफेंट कैंप ਦਾ ਦੌਰਾ ਕੀਤਾ ਉਹਨਾਂ ਨੇ ਕੈਂਪ ਦੇ ਮੁਹਵਤਾਂ ਨਾਲ ਵੀ ਗੱਲਬਾਤ ਕੀਤੀ ਇਸ ਮੌਕੇ ਤੇ ਪ੍ਰਧਾਨ ਮੰਤਰੀ ਨੇ ਔਸਕਰ ਵਿਜੇਤਾ ਸ਼ਾਰਟ ਡਾਕੂਮੈਂਟਰੀ ਦਾ एलिਫੈਂਟ ਵਿਸਪਰਸ ਦੀ ਪ੍ਰੇਰਣਾ ਬਣੇ ਜੋੜੇ ਬੋਮਨ ਅਤੇ ਬੇਲੀ ਨਾਲ ਵੀ ਮੁਲਾਕਾਤ ਕੀਤੀ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਹਾਥੀ ਨੂੰ ਵੀ ਦੇਖਿਆ ਮਗਰੋਂ ਆਪਣੇ ਸੰਬੋਧਨ ਵਿੱਚ ਇਸ ਦਾ ਜ਼ਿਕਰ ਵੀ ਕੀਤਾ